ਪੈ ਗਿਆ ਵੈ ਇਹ ਚੌਂਕ ਦਾ ਜਿਹੜਾ ਨਾਮ ਹੈ ਪਰ ਇਹਦੇ ਤੇ ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਭਾਜਣਾ ਪੈ ਗਈਆਂ ਨੇ ਉਹਨਾਂ ਨੇ ਸਾਈਬਰ ਸੈੱਲ ਨੂੰ ਕਹਿ ਦਿੱਤਾ ਕਿ ਚੌਂਕ ਦਾ ਨਾਮ ਬਦਲ ਕੇ ਮੁੜ ਤੋਂ ਮਟਕਾ ਚੌਂਕ ਰੱਖੋ ਉਹਨੂੰ ਕੋਈ ਜੰਮਿਆ ਨਹੀਂ ਨਾ ਬਦਲਵਾਣ ਵਾਲਾ ਨਾ ਬਦਲਣ ਵਾਲਾ ਇਹ ਅਕਸ਼ਰ ਬਾਬੇ ਨਾਨਕ ਨੇ ਪਾਇਆ ਮੈਂ ਨਹੀਂ ਉੱਤੇ ਗਿਆ ਜੋ ਇਹ ਖੇਡ ਹੋ ਰਹੀ ਹੈ ਇਹ ਗੁਰੂ ਨਾਨਕ ਦੇਵ ਦੇ ਘਰ ਦੀ ਹੋ ਰਹੀ ਹੈ ਇਹ ਮੇਰੀਆਂ ਬੱਚੀਆਂ ਮੇਰੇ ਬੱਚੇ ਧੁੱਪੇ ਬੈਠੇ ਨੇ ਸੰਗਤਾਂ ਆਉਂਦੀਆਂ ਨੇ ਪਾਣੀ ਵੀ ਦਿੱਤਾ ਹੈ ਇੱਥੇ ਕੋਈ ਇਹਨਾਂ ਨੂੰ ਲਾਲਚ ਨਹੀਂ ਇਹ ਦਿੱਲੀ ਦੇ ਮਗਰ ਆਪਣੀ ਕੁਰਬਾਨੀ ਕਰਦੇ ਨੇ ਸਾਡੀਆਂ ਮਾਵਾਂ ਸਾਡੇ ਬੱਚੇ ਸਾਡੇ ਬਜ਼ੁਰਗ ਅੱਜ ਛੜਕਾਂ ਦੇ ਰੁਲ ਕੇ ਮਰ ਜਾਣ ਉਹ ਸਾਡੀਆਂ ਪੱਗ ਦਾੜੀਆਂ ਦਾ ਕੋਈ ਫਾਇਦਾ ਨਹੀਂ ਉਹ ਸਿੱਖੋ ਚੌਂਕ ਦਾ ਨਾਮ ਬਾਬਾ ਜੀ ਦੇ ਨਾਮ ਤੋਂ ਪੈ ਗਿਆ ਸੀ ਤੇ ਹੁਣ ਸਾਈਬਰ ਸੈੱਲ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਕਹਿ ਦਿੱਤਾ ਹੈ ਕਿ ਗੂਗਲ ਨੂੰ ਉਹਨਾਂ ਨੇ ਹੁਣ ਪੱਤਰ ਲਿਖਿਆ ਕਿ ਚੌਂਕ ਦਾ ਨਾਮ ਮੁੜ ਤੋਂ ਮਟਕਾ ਚੌਂਕ ਰੱਖਿਆ ਹਾਂਜੀ ਮੈਂ ਹੁਣੇ ਆ ਦੇਖੋ ਮੈਂ ਗੂਗਲ ਦਾ ਹੀ ਲਗਾਇਆ ਵਾ ਸੀਗਾ ਉੱਥੇ ਦੇਖਣ ਲਈ ਕਿ ਉਹਨਾਂ ਨੇ ਉਹ ਕੀਤਾ ਹੈਗਾ ਤੇ ਪੁਲਿਸ ਤਾਂ ਬਹੁਤ ਕੁਝ ਕਰਦੀ ਆ ਉਹਨਾਂ ਨੂੰ ਹੈ ਕਿ ਜਿੱਦਾਂ ਅਸੀਂ ਹਟਾ ਸਕਦੇ ਹਾਂ ਉਹਨਾਂ ਨੂੰ ਹਟਾਉਣ ਪਰ ਇਹ ਇਹਨਾਂ ਦੇ ਹੌਸਲੇ ਹੈ ਕਿ ਇਹ ਡਟ ਕੇ ਹਲੇ ਵੀ ਇੱਥੇ ਬੈਠੇ ਨੇ ਚੌਂਕ ਦੇ ਨਾਮ ਤੋਂ ਕੀ ਫਰਕ ਪੈਂਦਾ ਬਾਪੂ ਜੇ ਫਿਰ ਤੋਂ ਮਟਕਾ ਚੌਂਕ ਵੀ ਰੱਖਤਾ ਤੁਸੀਂ ਕਿਹੜਾ ਉੱਠ ਜਾਣਾ ਮਤਲਬ ਵੇ ਇਹ ਪੁੱਤਰ ਇਹ ਤੁਹਾਡੀ ਸ਼ਾਨ ਦੀ ਗੱਲ ਏ ਗੂਗਲ ਨੇ ਤੁਹਾਡੇ ਹੱਥ ਦੇ ਉੱਤੇ ਗੁਲਾਬ ਦਾ ਫੁੱਲ ਰੱਖ ਦਿੱਤਾ ਹੈ ਚਾਹੇ ਉਹਨੂੰ ਸੰਭਾਲੋ ਚਾਹੇ ਨਾ ਸੰਭਾਲੋ ਇੱਥੋਂ ਦਿੱਲੀ ਨੂੰ ਚਾਬੀ ਲੱਗਣ ਵਾਲੀ ਹੈ ਮਟਕਾ ਚੌਂਕ ਤੇ ਉਹ ਅੱਜ ਲੱਗਦੇ ਕੱਲ ਲੱਗਦੇ ਪਰਸੋਂ ਲੱਗਦੇ ਮੈਨੂੰ ਨਹੀਂ ਪਤਾ ਇਹਦੇ ਦੇ ਮਟਕੇ ਨੂੰ ਰੋਂਦੇ ਨੇ ਦਿੱਲੀ ਵਰਤਣ ਵਾਲਾ ਜੀ ਨਹੀਂ ਕਰਦਾ ਕਿ ਥੋੜੀ ਦੇਰ ਹੁਣ ਘਰ ਦੀ ਛੱਤ ਦੇ ਹੇਠਾਂ ਬਹਿ ਕੇ ਆਰਾਮ ਕਰ ਲਾ ਨਹੀਂ ਇੱਕ ਹਫ਼ਤੇ ਦਾ ਮੈਂ ਹੁਣ ਕਰ ਜਾਣਾ ਸਵੇਰੇ ਰਾਤ ਨੂੰ 8 ਵਜੇ 7 ਵਜੇ ਟੁਰ ਜਾਣਾ ਫਿਰ ਮੈਂ ਲਾਂਡਰਾ ਵੀ ਅੱਧਾ ਘੰਟਾ ਸੇਵਾ ਕਰਨਾ ਕਿਰਸਾਨੀ ਜੀ ਮੇਰਾ ਪਿੰਡ ਹੈ ਅੱਛਾ ਜੀ ਮੇਰੇ ਬੱਚੇ ਰਹਿੰਦੇ ਨੇ ਉੱਥੇ ਫਿਰ ਆ ਕੇ ਇੱਥੇ ਬਹਿ ਜਾਣਾ ਸਵੇਰੇ ਫਿਰ ਸਵੇਰੇ 6:30 ਬਾਅਦ ਸੋਣੀ 7 ਵਜੇ ਮੈਂ ਜਿੰਨਾ ਦੇਰ ਜੀਵਾਂਗਾ ਉਹਨਾਂ ਦੇਰ ਤੇ ਵਾਟਾ ਬਿਠਾਵਾਂਗਾ ਜਦੋਂ ਇਹ ਪ੍ਰਾਣ ਉੱਡ ਗਿਆ ਫਿਰ ਮਿੱਟੀ ਦੀ ਤੇ ਮਰਜ਼ੀ ਲੱਗ ਗਈ ਉੱਤੇ ਹੋਣੇ ਨੇ ਅਮਲਾਂ ਤੇ ਦੇਵੇ ਕਿਸੇ ਨਾ ਤੇਰੀ ਜਾਤ ਜਾਤ ਕੁਛ ਨਹੀਂ ਜੇ ਦੁਬਾਰਾ ਮਟਕਾ ਚੌਂਕ ਹੋ ਜਾਂਦਾ ਫਿਰ ਦੁੱਖ ਹੋਏਗਾ ਹਾਂਜੀ ਜ਼ਰੂਰ ਹੋਏਗਾ ਇੱਕ ਇੰਨਾ ਸੰਘਰਸ਼ ਕੀਤਾ ਹੈ ਤਾਂ ਉਹਨੂੰ ਖਤਮ ਕਰਨਾ ਇਹ ਆ ਦਿਖਾਉਂਦਾ ਕਿ ਉਹਨਾਂ 'ਚ ਉਹ ਕਿੰਨੇ ਕਮਜ਼ੋਰ ਨੇ ਕਿ ਇੱਕ ਮਤਲਬ ਕਿ ਗੂਗਲ ਆਪਾਂ ਕਿੰਨਾ ਉਹਨੂੰ ਵੱਡਾ ਨਾਮ ਮੰਨਦੇ ਹਾਂ ਕਿ ਉੱਥੇ ਜਦ ਗੱਲ ਪੁੱਜ ਗਈ ਤਾਂ ਉਹ ਕਿੰਨੇ ਕਮਜ਼ੋਰ ਮਤਲਬ ਆਪਣੇ ਆਪ ਨੂੰ ਸਮਝ ਗਏ ਕਿ ਇਹਨੂੰ ਹਟਾਓ ਬਾਪੂ ਜੀ ਫਿਰ ਮਟਕਾ ਚੌਂਕ ਨਾਮ ਪੈ ਗਿਆ ਕੀ ਕਰੋਗੇ ਉਹ ਕੋਈ ਪਰਵਾਹ ਨਹੀਂ ਦੱਸਦੇ ਰਹਿੰਦੇ ਨੇ ਸੁਮਨ ਜੇਟਲੀ ਸਵਾਗਤ ਕਰਦੀ ਹਾਂ ਤਿੰਨੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਦਿੱਲੀ ਦੇ ਵਿੱਚ ਹਲੇ ਵੀ ਜਾਰੀ ਹੈ ਤੇ ਇੱਕ ਸੰਘਰਸ਼ ਇੱਥੇ ਵੀ ਦੇਖੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਮਟਕਾ ਚੌਂਕ ਦਾ ਨਾਮ ਬਦਲ ਕੇ ਬਾਬਾ ਲਾਭ ਸਿੰਘ ਚੌਂਕ ਰੱਖ ਦਿੱਤਾ ਹੈ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਇਸੇ ਚੌਂਕ ਦੇ ਵਿੱਚ ਬਾਬਾ ਲਾਭ ਸਿੰਘ ਜੀ ਇੱਥੇ ਹੀ ਡਟੇ ਹੋਏ ਨੇ ਸਵੇਰ ਤੋਂ ਲੈ ਕੇ ਰਾਤ ਤੱਕ 24-24 ਘੰਟੇ ਬਾਬਾ ਜੀ ਇੱਥੇ ਹੀ ਬੈਠੇ ਰਹਿੰਦੇ ਨੇ 6 ਮਹੀਨੇ ਹੋ ਗਏ ਨੇ ਬਾਬਾ ਜੀ ਤੁਹਾਡਾ ਨਾਮ ਇਸ ਚੌਂਕ ਦੇ ਨਾਮ ਤੇ ਤੁਹਾਡੇ ਨਾਮ ਤੇ ਪੈ ਗਿਆ ਵੈ ਇਹ ਚੌਂਕ ਦਾ ਜਿਹੜਾ ਨਾਮ ਹੈ ਪਰ ਇਹਦੇ ਤੇ ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਭਾਜਣਾ ਪੈ ਗਈਆਂ ਨੇ ਉਹਨਾਂ ਨੇ ਸਾਈਬਰ ਸੈੱਲ ਨੂੰ ਕਹਿ ਦਿੱਤਾ ਕਿ ਚੌਂਕ ਦਾ ਨਾਮ ਬਦਲ ਕੇ ਮੁੜ ਤੋਂ ਮਟਕਾ ਚੌਂਕ ਰੱਖੋ ਗੱਲ ਇਹ ਵੀ ਜਿਹੜਾ ਇੱਕ ਵਾਰ ਸੱਚ ਦੇ ਵਿੱਚ ਚੀਜ਼ ਆ ਜਾਵੇ ਪੁੱਤਰ ਨੂੰ ਬਦਲਣ ਲੱਗਿਆ ਬੜੇ ਟਾਈਮ ਲੱਗਦਾ ਅੱਜ ਜਿਹੜਾ ਗੁਰੂ ਨਾਨਕ ਦੇਵ ਉਹ ਮੇਰੇ ਸਿਰ ਦੇ ਉੱਤੇ ਖੜਾ ਹੈ ਉਹਨੂੰ ਕੋਈ ਜੰਮਿਆ ਨਹੀਂ ਨਾ ਬਦਲਵਾਣ ਵਾਲਾ ਨਾ ਬਦਲਣ ਵਾਲਾ ਇਹ ਅਕਸ਼ਰ ਬਾਬੇ ਨਾਨਕ ਨੇ ਪਾਇਆ ਮੈਂ ਨਹੀਂ ਉੱਤੇ ਗਿਆ ਉਹਨੇ ਕਿਹਾ ਇੱਕ ਅੰਬਕਾਰ ਸਾਰੇ ਜੀਵ ਹਿੰਦੁਸਤਾਨ ਦੇ ਨਹੀਂ ਬਾਹਰ ਚਿਕਰੂ ਦੇ ਨੇ ਜਿਹੜੇ ਉਹਨੂੰ ਮੰਨਦੇ ਨੇ ਜਿਹੜੇ ਝੂਠ ਨੂੰ ਮੰਨਦੇ ਨੇ ਉਹਨਾਂ ਨੂੰ ਸੱਚ ਆਪਣੀ ਗੋਲੀ ਦੱਸੇਗਾ ਗੁਰੂ ਨਾਨਕ ਦੇਵ ਨੇ ਬਾਬਰ ਬਾਦਸ਼ਾਹ ਨੂੰ ਜਾਬਰ ਕਿਉਂ ਆਖਿਆ ਇਹਨਾਂ ਲੋਕਾਂ ਨੇ ਸਾਡਿਆਂ ਨੇ ਜਦੋਂ ਮੋਦੀ ਨੂੰ ਚਾਹੇ ਪੰਜਾਬ ਨੂੰ
अपने वोट पाते ने उदों नहीं इन्हों दिसदा, अज इन्हों सारा कुछ दिसदा है। फिर अज दूजा समा है, मैनू तो एक दो दा नहीं पता जो एक खेड हो रही है, ये गुरु नानक देव दे घर दी हो रही है। मेरिया बच्चिया मेरे बच्चे धुप्पे बैठे ने, संगत आउंडियां ने, पानी भी दिता है। इतने कोई इन्हों लालच नहीं, ये दिल्ली के मगर अपनी कुरबानी करते ने। साडिया मावं साडे बच्चे साडे बजुर्ग अज सड़कों से रुल के मर जाए, वो साड़िया पगदाड़िया का कोई फायदा नहीं। वो सिखो ना लीडरी गई है किधर, ना ना जानी है। जेड़ा आया है उन्हें एक दिन चले जाना है। ये पानी का बुलबुला है, बकरे आंग में करता है, इन्हें पता नहीं किस तरीके ना कितने टूट जाना है। चौकीदार लंगर ही इन्होंने चलवाया, उधर लस्सी सोडा चाह दुध कमी नहीं आण दिंदे तुहानू। वो मालक जिहड़ा है वो इन्हां नूं उत्ते हाथ रखदा है। मेरे पुत्रो अगे तुसीं इहनूं चलांदे, आ वी तुहाडी ड्यूटी, ये पंथ दी ड्यूटी कर रहे। पैसा तो सारी दुनिया कमांदी। बाबा जी तुहानूं पता किवें लग्गिया सी कि चौंक दा नाम हुण तुहाडे नाम तों हो गया? जिन्हां मेरे बच्चा ने मेरे नाल दिल प्योया होया है उन्हां दे फिर जिहड़े अंदर ने, जिन्हां अंदर मेरा काम करदा है ਉਹਨਾਂ ਅੰਦਰ ਉਹਨਾਂ ਦਾ ਵੀ ਕੰਮ ਕਰਦਾ। ਆ ਹੁਣ ਇੱਕ ਭੈਣ ਆਈ ਹੈ ਮੇਰੀ ਰੋਪੜ ਤੋਂ ਤੁਹਾਨੂੰ ਮਿਲਣ ਦੇ ਲਈ। ਤੁਸੀਂ ਬਾਬਾ ਜੀ ਨੂੰ ਕਿਵੇਂ ਜਾਣਦੇ ਹੋ? ਅਸੀਂ ਜਦੋਂ ਬਾਬਾ ਜੀ ਬੈਠੇ ਸੀਗੇ, ਮੈਂ ਇੱਥੇ ਪੀਯੂ 'ਚ ਪੜ੍ਹਦੀ ਹਾਂ, ਅਤੇ ਅਸੀਂ ਦੇਖ ਕੇ ਜਾਂਦੇ ਹੁੰਦੇ ਸੀ, ਅਤੇ ਅੱਜ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਅਸੀਂ ਬਾਬਾ ਜੀ ਨੂੰ ਮਿਲ ਕੇ ਆਉਣਾ, ਤਾਂ ਫਿਰ ਅਸੀਂ ਰੋਪੜ ਤੋਂ ਉਰੇ ਆਏ ਹਾਂ ਇਹਨਾਂ ਨੂੰ ਮਿਲਣ ਲਈ, ਅਤੇ ਅਸੀਂ ਸਪੋਰਟ ਕਰਨ ਆਏ ਹੈਗੇ ਹਾਂ ਕਿਉਂਕਿ ਅਸੀਂ ਮਤਲਬ ਸਾਰੇ ਜਣੇ ਹੀ ਰੋਟੀ ਖਾਂਦੇ ਹੈਗੇ ਹਾਂ, ਅਤੇ ਇਹ ਸਾਡੀ ਵੀ ਲੜਾਈ ਹੈ ਇੱਕ ਕਿਸਮ ਦੀ, ਇਹ ਸਰਕਾਰਾਂ ਜੋ ਕਰ ਰਹੀਆਂ ਬਹੁਤ ਮੇਰੇ ਲਈ ਲੜ ਰਹੇ ਨੇ, ਸਾਰਿਆਂ ਲਈ ਲੜ ਰਹੇ ਨੇ। ਤਾਂ ਸਾਡਾ ਅਸੀਂ ਜੇ ਬੈਠ ਨਹੀਂ ਸਕਦੇ ਤਾਂ ਅਸੀਂ ਐਟਲੀਸਟ ਸਪੋਰਟ ਤਾਂ ਕਰ ਸਕਦੇ ਹਾਂ। ਚੌਂਕ ਦਾ ਨਾਮ ਬਾਬਾ ਜੀ ਦੇ ਨਾਮ ਤੋਂ ਪੈ ਗਿਆ ਸੀ, ਅਤੇ ਹੁਣ ਸਾਈਬਰ ਸੈੱਲ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ, ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਕਹਿ ਦਿੱਤਾ ਕਿ ਗੂਗਲ ਨੂੰ ਉਹਨਾਂ ਨੇ ਹੁਣ ਪੱਤਰ ਲਿਖਿਆ ਕਿ ਚੌਂਕ ਦਾ ਨਾਮ ਮੁੜ ਤੋਂ ਮਟਕਾ ਚੌਂਕ ਰੱਖਿਆ। ਮੈਂ ਹੁਣੇ ਆ ਦੇਖੋ, ਮੈਂ ਗੂਗਲ ਦਾ ਹੀ ਲਗਾਇਆ ਵਾ ਸੀਗਾ ਉੱਥੇ ਦੇਖਣ ਲਈ ਕਿ ਉਹਨਾਂ ਨੇ ਉਹ ਕੀਤਾ ਹੈਗਾ, ਅਤੇ ਪੁਲਿਸ ਤਾਂ ਬਹੁਤ ਕੁਛ ਕਰਦੀ ਆ, ਉਹਨਾਂ ਨੂੰ ਹੈ ਕਿ ਜਿੱਦਾਂ ਅਸੀਂ ਹਟਾ ਸਕਦੇ ਹਾਂ ਉਹਨਾਂ ਨੂੰ ਹਟਾਉਣ, ਪਰ ਇਹ ਇਹਨਾਂ ਦੇ ਹੌਸਲੇ ਹੈ ਕਿ ਇਹ ਡੱਟ ਕੇ ਹਲੇ ਵੀ ਇੱਥੇ ਬੈਠੇ ਨੇ। ਚੌਂਕ ਦੇ ਨਾਮ ਤੋਂ ਕੀ ਫਰਕ ਪੈਂਦਾ ਬਾਪੂ, ਜੇ ਫਿਰ ਤੋਂ ਮਟਕਾ ਚੌਂਕ ਵੀ ਰੱਖਤਾ ਤੁਸੀਂ ਕਿਹੜਾ ਉੱਠ ਜਾਣਾ? ਮਤਲਬ ਇਹ ਪੁੱਤਰ, ਇਹ ਤੁਹਾਡੀ ਸ਼ਾਨ ਦੀ ਗੱਲ ਹੈ, ਗੂਗਲ ਨੇ ਤੁਹਾਡੇ ਹੱਥ ਦੇ ਉੱਤੇ ਗੁਲਾਬ ਦਾ ਫੁੱਲ ਰੱਖ ਦਿੱਤਾ ਹੈ, ਚਾਹੇ ਉਹਨੂੰ ਸੰਭਾਲੋ ਚਾਹੇ ਨਾ ਸੰਭਾਲੋ। ਇੱਥੋਂ ਦਿੱਲੀ ਨੂੰ ਚਾਬੀ ਲੱਗਣ ਵਾਲੀ ਹੈ ਮਟਕਾ ਚੌਂਕ 'ਤੇ, ਉਹ ਅੱਜ ਲੱਗ ਜਾਏ, ਕੱਲ੍ਹ ਲੱਗ ਜਾਏ, ਪਰਸੋਂ ਲੱਗ ਜਾਏ, ਮੈਨੂੰ ਨਹੀਂ ਪਤਾ। ਗੁਰੂ ਨਾਨਕ ਦੇਵ ਦਾ ਭਾਣਾ ਉੱਥੇ ਵੀ ਵਰਤ ਜਾਣਾ ਹੈ, ਇਹਦੇ ਤੇ ਮਟਕੇ ਨੂੰ ਰੋਂਦੇ ਨੇ ਦਿੱਲੀ ਵਰਤਣ ਵਾਲਾ। ਇਹ ਚਾਣ ਸਾਰੇ ਕੰਨ ਦੇ ਕੇ ਆਪਣੀ ਇਸ ਵੀਡੀਓ ਨੂੰ ਸੁਣ ਲਓ। ਤੁਹਾਨੂੰ ਤੰਗ ਤਾਂ ਨਹੀਂ ਕਰਦਾ ਕੋਈ ਇੱਥੇ? ਨਾ ਮੈਨੂੰ ਕੋਈ ਨਹੀਂ। ਉਹ ਚੁੱਕੇ ਜਾਂਦੇ ਨੇ ਜਦੋਂ ਮੇਰੇ ਉੱਤੇ ਲਿਖਦੇ ਨਹੀਂ, ਉਹ ਰੋਟੀ ਖਾਂਦੇ ਨੇ, ਉਹਨਾਂ ਨੂੰ ਉੱਤੇ ਲਿੱਤਰ ਮਾਰਦੇ ਨੇ, ਫਿਰ ਮੇਰਾ ਕੋਈ ਲਿਖਣ ਦੇ, ਮੈਂ ਉਹਨਾਂ ਨਾਲ ਕੋਈ ਜਦੋਂ ਮੇਰੇ ਉੱਤੇ ਲਿਖਦੇ ਨਹੀਂ। ਉਹ ਐਸ ਪੀ ਵੀ ਵਿਰਕੇ ਅਤੇ ਮੈਂ ਵੀ ਵਿਰਕ, ਉਹ ਮੈਨੂੰ ਜਾਣਦਾ ਪੁਰਾਣਾ, ਫਿਰ ਮੇਰੇ ਬਜ਼ੁਰਗ ਵੱਲ ਵੀ ਵਹਿੰਦਾ, ਲੈ ਤੇ ਜਾਂਦਾ ਮਜਬੂਰੀ 'ਚ, ਫਿਰ ਉੱਥੇ ਲਿਜਾ ਕੇ ਛੱਡ ਵੀ ਦਿੰਦਾ। ਸੰਗਤ ਮੇਰੀ ਛਡਾ ਕੇ ਲੈ ਆਉਂਦੀ, ਜਦੋਂ ਕਿਸਾਨ ਜਾਂਦੇ ਨੇ ਛਡਾ ਕੇ ਲੈ ਆਉਂਦੇ ਨੇ, ਫੜਕਲ ਉਹ ਫੜਕਲ ਜਾਣਾ ਨਹੀਂ, ਕੋਈ ਲਿਖੇ ਕਿਸੇ ਨੂੰ ਅੰਦਰ ਦੇ, ਫਿਰ ਉਹ ਫੜਕਲ ਅਤੇ ਫੜਕ। ਹੁਣ ਜੀ ਨਹੀਂ ਕਰਦਾ ਕਿ ਥੋੜ੍ਹੀ ਦੇਰ ਹੁਣ ਘਰ ਦੀ ਛੱਤ ਦੇ ਹੇਠਾਂ ਬਹਿ ਕੇ ਆਰਾਮ ਕਰ ਲਾਂ? ਨਹੀਂ, ਇੱਕ ਹਫ਼ਤੇ ਦਾ ਮੈਂ ਹੁਣ ਘਰ ਜਾਂਦਾ, ਸਵੇਰੇ ਰਾਤ ਨੂੰ 8 ਵਜੇ 7 ਵਜੇ ਟੁਰ ਜਾਂਦਾ,
फिर मैं लड़ रहा भी अद्धा घंटा सेवा करना करसानी जी मेरा पिंड है। अच्छा जी। मेरे बच्चे रहते हैं उत्थे। फिर आके इत्थे बह जांदे हो? सवेरे फिर सवेरे 6:30 बस आउंदी 7 बजे मैं इत्थे। ठीक है। ये मेरी ड्यूटी है। जिन्ना देर जियांगा उन्ना देर ते वाडा बिठाऊंगा। जदों ये प्राण उठ गया फिर मिट्टी दी तेरी मर्जी लगी। ਲੋਕਾਂ ਦੀਆਂ ਦੁਆਵਾਂ ਇੰਨੀਆਂ ਨੇ ਪਰਮਾਤਮਾ ਅੱਗੇ ਹਰ ਰੋਜ਼ ਅਰਦਾਸ ਹੁੰਦੀ ਹੈ ਕਿ ਬਾਪੂ ਨੂੰ ਉਮਰ ਲੰਮੀ ਦੇਵੇ ਪਰਮਾਤਮਾ। ਇਹ ਵੇਖੋ ਜਿਹੜੀ ਸੰਗਤ ਹੈ ਨਾ ਉਹਦੀ ਮਹਾਰਾਜ ਸੁਣਦਾ। ਸੰਗਤ ਨੂੰ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਨੇ ਵੱਡਾ ਕਿਹਾ। ਸੰਗਤ ਵੱਡੀ ਜਿਹੜੀ ਇਹਦੀ ਆਵਾਜ਼ ਹੈ ਉਹ ਵਿਰਲੇ ਵਿਰਲੇ ਪੜਦੇ ਨਜ਼ਾਰੇ ਨੇ। ਬਾਪੂ ਇੱਥੇ ਬਹਿ ਕੇ ਸਾਰਿਆਂ ਨੂੰ ਜਦੋਂ ਏਦਾਂ ਹੱਥ ਕਰਦੇ ਹੋ ਅੱਗੋ ਇੱਕ ਸੁਨੇਹਾ ਵੀ ਦਿੰਦੇ ਹੋ, ਰੁਕਦੇ ਨੇ ਲੋਕ ਫਿਰ? ਕਈ ਤਾਂ ਨਹੀਂ ਰੁਕ ਰਹੇ, ਅਸੀਂ ਦੇਖ ਰਹੇ ਹਾਂ। ਨਹੀਂ, ਸਾਰਿਆਂ ਦੇ ਰੁਕਦਾ ਇਹ ਪੰਜ ਉਂਗਲਾਂ ਨੇ ਨਹੀਂ ਇੱਕੋ ਜੀ। ਹਾਂ, ਜਿਨ੍ਹਾਂ ਦੇ ਅੰਦਰ ਕਿਸਾਨੀ ਦਾ ਪਿਆਰ ਹੈ ਉਹਦੇ ਤੇ ਦੁੱਧ ਲੱਸੀਆਂ ਦੇ ਕੇ ਜਾਂਦੇ। ਰੋਟੀ ਤਾਂ ਸਾਰੇ ਖਾਂਦੇ ਨੇ ਪਰ ਕਿਸਾਨੀ ਨਾਲ ਪਿਆਰ ਸਾਰਿਆਂ ਨੂੰ ਨਹੀਂ ਹੈਗਾ, ਇਹ ਪਤਾ ਲੱਗ ਗਿਆ। ਇੱਥੇ ਮੈਂ ਵੇਖੀ ਇਹ ਕੁਝ ਜਿਹੜੀ ਸੋਚ ਹੈ ਬੰਦੇ ਦੀ ਬੜੀ ਛੋਟੀ ਸੋਚ ਹੈ। ਠਾਣਾ 17 ਮੈਨੂੰ ਆਉਂਦਾ ਬਾਬੇ ਤੈਨੂੰ ਅਸੀਂ ਅੱਗੇ ਵਧਾਉਂਦੇ ਹਾਂ, ਤੈਨੂੰ ਅਸੀਂ ਘਟਾਉਂਦੇ ਨਹੀਂ। ਆਹ ਜਿਹੜਾ ਮਟਕਾ ਦਊਂਗੇ ਮੇਰਾ ਨਹੀਂ, ਇਹ ਤੁਹਾਡਾ ਸੰਗਤ ਹੈ। ਸੰਗਤ ਨੂੰ ਅੱਜ ਤੱਕ ਕੋਈ ਜਿੱਤ ਨਹੀਂ ਪਾਇਆ। ਝੂਠ ਨਹੀਂ ਉੱਥੇ ਚੱਲੇ, ਉੱਥੇ ਹੋਣੇ ਨੇ ਅਮਲਾਂ ਤੇ ਨਿਭੇ। ਕਿਸੇ ਨਾ ਤੇਰੀ ਜਾਤ ਕੁਛ ਨਹੀਂ, ਇਹ ਮੇਰੇ ਨਿਗਰ ਤੋਂ ਚਲਮਾਣੇ ਤੋਂ ਆਏ ਨੇ। ਪਿੰਡ ਤੋਂ ਆਏ ਹੋ ਤੁਸੀਂ? ਹਾਂਜੀ, ਬਾਬਾ ਜੀ ਨੇ ਪਿੰਡ 'ਚ ਬਹੁਤ ਸੰਘਰਸ਼ ਕੀਤਾ ਜੀ। ਸਾਡੇ ਪਿੰਡ 'ਚ ਲਾਈਟ ਨਹੀਂ ਆਉਂਦੀ ਸੀ, ਬਾਬਾ ਜੀ ਨੇ ਉੱਥੇ ਵੀ ਧਰਨਾ ਪਾ ਦਿੱਤਾ ਸੀ। ਹੁਣ ਸਾਡੇ ਪਿੰਡ 'ਚ 20-22 ਘੰਟੇ ਲਾਈਟ ਚੱਲਦੀ ਹੈ ਜੀ। ਹਾਂਜੀ, ਅਤੇ ਜੇ ਜਦੋਂ ਛਾਲ ਹੁੰਦਾ, ਸਰਦੀ ਆਉਂਦੀ ਆ, ਉਦੋਂ ਵੀ ਚਾਹ ਪਕੌੜਿਆਂ ਦਾ ਲੰਗਰ ਚਲਾਉਂਦੇ ਆ ਡੇਲੀ। ਹਾਂਜੀ, ਜਿਵੇਂ ਬੱਸਾਂ 'ਚ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਫ੍ਰੀ ਦੇ ਲੰਗਰ। ਬਾਬਾ ਜੀ ਉੱਥੇ ਪਿੰਡ 'ਚ ਨਹੀਂ ਹੈਗੇ, ਇੱਥੇ ਹੁੰਦੇ ਨੇ ਤਾਂ ਉਹਨਾਂ ਨੂੰ ਇੱਥੇ ਮਿਲਣ ਆ ਜਾਂਦੇ? ਹਾਂਜੀ, ਨਹੀਂ ਮੈਂ ਇੱਥੇ ਰਹਿੰਦਾ ਪਰ ਇਹ ਹੁਣ ਪਿੰਡ ਤੋਂ ਆਏ ਮਿਲਣ ਆਏ ਨੇ। ਹਾਂਜੀ, ਮੈਂ ਤਾਂ ਪਹਿਲਾਂ ਵੀ ਕਈ ਵਾਰੀ ਆਉਂਦਾ ਨੇ ਮਿਲਣ। ਹੁਣ ਜਿਹੜਾ ਇਹ ਚੌਂਕ ਦਾ ਨਾਮ ਦੁਬਾਰਾ ਮਟਕਾ ਚੌਂਕ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ, ਸਾਈਬਰ ਸੈੱਲ ਕੋਲ ਕੇਸ ਚਲਾ ਗਿਆ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਵੈਸੇ ਤਾਂ ਠੀਕ ਹੀ ਪਿਆ ਜੀ, ਸੰਘਰਸ਼ ਕਰ ਰਹੇ ਹਾਂ। ਬਸ ਬਾਬਾ ਜੀ ਲਾਭ ਸਿੰਘ ਚੌਂਕ ਤੋਂ ਹੀ ਵੱਜਦਾ ਹੁਣ ਜਦੋਂ ਸਰਚ ਕਰੀਏ ਤਾਂ। ਹਾਂਜੀ, ਵੈਸੇ ਹੁਣ ਲਾਭ ਸਿੰਘ ਵੀ ਚੌਂਕ ਹੀ ਹੋਣਾ ਚਾਹੀਦਾ ਬਾਬਾ। ਜੇ ਦੁਬਾਰਾ ਮਟਕਾ ਚੌਂਕ ਹੋ ਜਾਂਦਾ ਫਿਰ ਦੁੱਖ ਹੋਏਗਾ? ਹਾਂਜੀ, ਜ਼ਰੂਰ ਹੋਏਗਾ। ਇੱਕ ਇੰਨਾ ਸੰਘਰਸ਼ ਕੀਤਾ ਹੈ ਤਾਂ ਉਹਨੂੰ ਖਤਮ ਕਰਨਾ, ਇਹ ਆ ਦਿਖਾਉਂਦਾ ਕਿ ਉਹਨਾਂ 'ਚ ਉਹ ਕਿੰਨੇ ਕਮਜ਼ੋਰ ਨੇ। ਕਿ ਇੱਕ ਮਤਲਬ ਕਿ ਗੂਗਲ ਆਪਾਂ ਕਿੰਨਾ ਉਹਨੂੰ ਵੱਡਾ ਨਾਮ ਮੰਨਦੇ ਹਾਂ ਕਿ ਉੱਥੇ ਜਦ ਗੱਲ ਪੁੱਜ ਗਈ ਤਾਂ ਉਹ ਕਿੰਨੇ ਕਮਜ਼ੋਰ ਮਤਲਬ ਆਪਣੇ ਆਪ ਨੂੰ ਸਮਝ ਗਏ ਕਿ ਇਹਨੂੰ ਹਟਾਓ। ਬਾਪੂ ਜੀ ਫਿਰ ਮਟਕਾ ਚੌਂਕ ਨਾਮ ਪੈ ਗਿਆ, ਕੀ ਕਰੋਗੇ? ਉਹ ਕੋਈ ਪਰਵਾਹ ਨਹੀਂ, ਚੱਲਦੇ ਰਹਿੰਦੇ ਨੇ। ਮੇਰੀ ਮਾਂ ਨੇ ਵਾਂਗ ਤਰਿਆ ਤਰਿਆ ਸੀ, ਮੇਰੇ ਪਿਓ ਨੇ ਵਾਂਗ ਤਰਿਆ ਸੀ, ਬਾਬੇ ਸੰਤਾ ਸਿੰਘ ਨੇ ਇੰਨਾ ਬਦਲਦੇ ਰਹਿੰਦੇ ਨੇ। ਜੇ ਮੋਦੀ ਬਾਹਰ ਜਾ ਕੇ ਮੂਰਤੀ ਬਣਾ ਦਿੰਦਾ ਇਹਨਾਂ ਗੁਰੇ ਤੇ ਕਿੱਡੀ ਕੁ ਬਣਾ ਦੇਣੀ ਮੂਰਤੀ, ਉਹਦਾ ਤਾਂ ਕਿਸੇ ਨੂੰ ਪਤਾ ਨਹੀਂ ਜਿਹੜਾ ਕੰਮ ਸ਼ੁਰੂ ਹੋਣ ਵਾਲਾ। ਆੜਾ ਲੰਗਰੇ ਰਾਤ ਦਿਨ 24 ਘੰਟੇ ਚੌਂਕ ਤੇ ਚੱਲੇ ਕਰੇ। ਇਹ ਨੋਟ ਕਰ ਲਓ ਗੱਲ ਨੂੰ ਮੇਰੇ, 24 ਘੰਟੇ ਕੋਈ ਸ਼ਰਾਬੀ ਆਵੇ ਕੋਈ ਸੋਬੀ ਆਵੇ, ਸਭ ਨੂੰ ਦਿੱਤੀ ਰੋਟੀ ਪਾਣੀ ਦਿੱਤਾ, ਚਲੋ ਸਭ ਨੂੰ ਦਿੰਦੇ ਹੋ। ਆਪਣੀ ਡਿਊਟੀ ਹੈ, ਆਪਣੀ ਡਿਊਟੀ ਹੈ, ਹੋਰ ਕੋਈ ਡਿਊਟੀ ਨਹੀਂ। ਤਾਂ ਬਾਪੂ ਨੇ ਸਾਰੀ ਜ਼ਿੰਦਗੀ ਬੜਾ ਸੰਘਰਸ਼ ਕੀਤਾ, ਆਪਣੇ ਲਈ ਨਹੀਂ ਲੋਕਾਂ ਦੇ ਲਈ ਸੰਘਰਸ਼ ਕੀਤਾ। ਇਹ ਪਿੰਡ ਦੇ ਲੋਕ ਦੱਸ ਰਹੇ ਨੇ ਕਿ ਪਿੰਡ ਦੇ ਲਈ ਜੋ ਸੰਘਰਸ਼ ਕੀਤਾ ਸੀ ਬਾਪੂ ਨੇ ਉਸਦੇ ਸਦਕਾ ਕੀ ਹਾਸਲ ਹੋਇਆ ਪਿੰਡ ਵਾਲਿਆਂ ਨੂੰ। ਤਾਂ ਧਰਨੇ ਸ਼ੁਰੂ ਤੋਂ ਹੀ ਧਰਨੇ ਲਗਾ ਕੇ ਜਿਹੜਾ ਆਪਣੇ ਹੱਕਾਂ ਦੀ ਮੰਗ ਬਾਪੂ ਨੇ ਕੀਤੀ ਹੈ, ਅਤੇ ਜਿਹੜਾ ਕਿਸਾਨੀ ਨੂੰ ਲੈ ਕੇ 6 ਮਹੀਨੇ ਤੋਂ ਇਸ ਚੌਂਕ ਦੇ ਵਿੱਚ ਬਾਪੂ ਲਾਭ ਸਿੰਘ ਜੀ ਬੈਠੇ ਹੋਏ ਨੇ, ਤਾਂ ਹੁਣ ਉੱਚ ਅਧਿਕਾਰੀਆਂ ਨੂੰ ਭਾਜੜਾ ਪੈ ਚੁੱਕੀਆਂ ਨੇ। ਚੌਂਕ ਦਾ ਨਾਮ ਮੁੜ ਤੋਂ ਮਟਕਾ ਚੌਂਕ ਰੱਖਣ ਦੀ ਅਪੀਲ ਕਰਨੀ ਅਧਿਕਾਰੀਆਂ ਨੇ ਸ਼ੁਰੂ ਕਰ ਦਿੱਤੀ ਹੈ, ਪਰ ਬਾਪੂ ਕਹਿੰਦਾ ਕਿ ਮੈਨੂੰ ਨਾਮ ਤੋਂ ਕੋਈ ਫਰਕ ਨਹੀਂ ਪੈਂਦਾ, ਚੌਂਕ ਦਾ ਨਾਮ ਜੋ ਮਰਜ਼ੀ ਰੱਖ ਲਓ, ਮੇਰਾ ਸੰਘਰਸ਼ ਉਸੇ ਤਰ੍ਹਾਂ ਜਾਰੀ ਰਹੇਗਾ, ਮੈਂ ਆਪਣੇ ਹੱਕਾਂ ਦੇ ਲਈ ਉਸੇ ਤਰ੍ਹਾਂ ਲੜਦਾ ਰਹੇਗਾ। ਬਾਪੂ ਸਾਡੀ ਇਹੀ ਅਰਦਾਸ ਹੈ ਤੁਹਾਨੂੰ, ਸਾਡੀ ਵੀ ਉਮਰ ਲੱਗੇ ਇਸੇ ਤਰ੍ਹਾਂ ਜਜ਼ਬੇ ਦੇ ਨਾਲ, ਹੌਸਲੇ ਦੇ ਨਾਲ। ਪਿੰਡ ਵਾਲੇ ਆ ਕੇ ਜਿਵੇਂ ਨਾਲ ਬੈਠ ਗਏ ਨੇ ਤਾਂ ਪਿੰਡ ਨੂੰ ਬੜਾ ਮਾਣ ਮਹਿਸੂਸ ਹੁੰਦਾ। ਤੁਹਾਨੂੰ ਪਰਮਾਤਮਾ ਸਾਡੀ ਵੀ ਉਮਰ ਦੇਵੇ, ਇਸੇ ਤਰ੍ਹਾਂ ਡਟੇ ਰਹੋ। ਕੈਮਰਾਮੈਨ ਦਰਸ਼ਨ ਸਿੰਘ ਦਰਸ਼ੀ ਅਤੇ ਕਮਲ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।